पंजाब सरकार, पंजाब सरकार। ये 18 साल तो ऊपर कोई भी महिला होए, किसी वर्ग दी, किसी स्टेटस दी, उसको हर महीने 1000 रुपया मिलेगा। 6 महीने हो गए, उसका कोई नाम निशान नहीं है। और हुण गुजरात दे विच जाके यही उन्होंने प्रोमिस किया कि 1000 रुपया महिला नूं मिलेगा। पहला तो उन्होंने वादा किया घर घर जाके फार्म भराए और अपने साड़ी महिलावां दे भावनावां नाल खिड़वाए। झूठे वादे करके उन्होंने इस सरकार लियाण दे खातर इन्हां सारियां भोलियां भालियां महिलावां नूं साडे पिंडां च बसदियां जिहड़े सूरमे जमदियां है उन्हां नूं अज सड़कां ते लिया। ਸਾਬਕਾ ਵਿਦੇਸ਼ ਮੰਤਰੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪਰਨੀਤ ਕੌਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਕਿਹਾ ਕਿ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਪਰਨੀਤ ਕੌਰ ਨੇ ਮਹਿਲਾਵਾਂ ਨੂੰ 1000 ਰੁਪਏ ਨਾ ਦੇਣ ਕਾਰਨ ਪਟਿਆਲਾ ਵਿੱਚ ਮਾਰਚ ਕੱਢਿਆ। ਉਹਨਾਂ ਡੀਸੀ ਨੂੰ ਮੰਗ ਪੱਤਰ ਦਿੱਤਾ। ਪਰਨੀਤ ਕੌਰ ਨੇ ਸਰਕਾਰ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ। ਉਹਨਾਂ ਕਿਹਾ ਕਿ ਜੇਕਰ ਮਹੀਨੇ ਅੰਦਰ ਵਾਅਦਾ ਪੂਰਾ ਨਾ ਹੋਇਆ ਤਾਂ ਮਹੀਨੇ ਬਾਅਦ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਅਸੀਂ ਸਾਰੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇੱਕ ਮਹਿਲਾ ਦੇ ਨਾਤੇ ਸਾਰੀ ਮਹਿਲਾ ਇਸ ਡਿਸਟ੍ਰਿਕਟ ਦੀਆਂ ਔਰ ਕੁਝ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਜੋਤੀ ਜੀ ਡਾਕਟਰ ਜੋਤੀ ਨਾਲ ਆਈਆਂ ਨੇ। ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਹੱਕ ਸਾਨੂੰ ਦਿੱਤਾ ਸੀ ਕਿ 18 ਸਾਲ ਤੋਂ ਉੱਪਰ ਕੋਈ ਵੀ ਮਹਿਲਾ ਹੋਏ, ਕਿਸੇ ਵਰਗ ਦੀ, ਕਿਸੇ ਸਟੇਟਸ ਦੀ, ਉਸਨੂੰ ਹਰ ਮਹੀਨੇ 1000 ਰੁਪਇਆ ਮਿਲੂਗਾ। 6 ਮਹੀਨੇ ਹੋ ਗਏ, ਉਹਦਾ ਕੋਈ ਨਾਮ ਨਿਸ਼ਾਨ ਨਹੀਂ ਹੈ। ਔਰ ਹੁਣ ਗੁਜਰਾਤ ਦੇ ਵਿੱਚ ਜਾ ਕੇ ਇਹੀ ਉਹਨਾਂ ਨੇ ਪ੍ਰੋਮਿਸ ਕੀਤਾ ਕਿ 1000 ਰੁਪਇਆ ਮਹਿਲਾ ਨੂੰ ਮਿਲੂਗਾ। ਮੈਂ ਤਾਂ ਇੰਨਾ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਜੀ, ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵਾਅਦਾ ਤੁਸੀਂ ਸਾਨੂੰ ਜਲਦ ਤੋਂ ਜਲਦ ਪੂਰਾ ਕਰਕੇ ਦਿਓ ਔਰ ਇਹ ਦੱਸੋ ਕਿ ਕਦ ਤੋਂ ਪੂਰਾ ਕਰੋਗੇ। ਅੱਜ ਸਿੱਧੂ ਦੇ ਪਿਤਾ ਵੀ ਜਿਹੜੇ ਹੈਗੇ ਕਿ ਸੂਬਾ ਸਰਕਾਰ ਜਿਹੜੀ ਹੈਗੀ ਹੈ ਸਾਫ ਨਹੀਂ ਦੁਆ ਪਾਈ, ਉਹ ਵੀ ਸਿੱਧੂ ਦੇ ਪਿਤਾ ਵੀ ਕੈਂਡਲ ਮਾਰਚ ਕਰ ਰਹੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਲੱਗਦਾ ਵੀ ਅਸਲੀ ਦੋਸ਼ੀ ਫੜੇ ਗਏ ਨੇ? ਦੇਖੋ ਉਹਦੇ ਵਿੱਚ ਉਹ ਪੁਲਿਸ ਦਾ ਮੈਟਰ ਹੈ, ਮੈਂ ਜ਼ਿਆਦਾ ਜਾਣਦੀ ਨਹੀਂ। ਕੋਸ਼ਿਸ਼ ਪੁਲਿਸ ਜ਼ਰੂਰ ਕਰ ਰਹੀ ਹੈ ਜੋ ਅਸੀਂ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ, ਪਰ ਜੋ ਮੂਸੇਵਾਲੇ ਦੇ ਫਾਦਰ ਸਿੱਧੂ ਸਾਹਿਬ ਇੱਕ ਪੀੜਾ, ਇੱਕ ਮਾਂ ਬਾਪ ਦੇ ਇਕਲੌਤਾ ਬੇਟਾ ਜਿਹੜਾ ਜਵਾਨੀ 'ਚ ਛਿਨਿਆ ਗਿਆ, ਬੇਟਾ ਔਰ ਬੱਚਾ ਕਿਸੇ ਟਾਈਮ ਵੀ ਜਾਏ, ਉਹ ਮਾਂ ਔਰ ਜੋ ਬਾਪ ਦੇ ਠੇਸ ਪੈਂਦੀ ਹੈ ਉਹ ਕੋਈ ਭਰ ਨਹੀਂ ਸਕਦਾ, ਤਾਂ ਨੈਚੁਰਲੀ ਉਹਦੀ ਜਸਟਿਸ ਜਲਦੀ ਤੋਂ ਜਲਦੀ ਮੰਗ ਰਹੇ ਨੇ। ਸੋ ਉਸ ਦੇ ਵਿੱਚ ਹੋਰ ਪ੍ਰੈਸ਼ਰ ਪਾਉਣ ਲਈ ਮੇਰੇ ਖਿਆਲ 'ਚ ਉਹ ਕੈਂਡਲ ਮਾਰਚ ਕਰ ਰਹੇ। ਪੰਜਾਬ ਸਰਕਾਰ ਦੀ ਜਾਮ ਦੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? 4-5 ਵੀ ਇਹ ਤਾਂ ਖਾਲੀ ਇਹ, ਬਾਕੀ ਵਾਅਦੇ ਪੂਰੇ ਕੀਤੇ ਨੇ? ਲੱਗਦਾ ਕਿ ਵਾਅਦੇ ਕਰੇ ਹੋਵੇ। ਦੇਖੋ ਕੋਈ ਵਾਅਦਾ ਹਲੇ ਪੂਰਾ ਨਹੀਂ ਹੋਇਆ, ਚਲੋ ਹਲੇ ਟਾਈਮ ਹੈਗਾ ਹੈ, ਪਰ ਜਿਸ ਤਰ੍ਹਾਂ ਉਹ ਚੱਲ ਰਹੇ ਸਾਨੂੰ ਉਮੀਦ ਨਹੀਂ ਹੈ। ਤਾਂ ਤਾਂ ਅਸੀਂ ਸਾਰੇ ਅੱਜ ਕੁਛ ਲੇਡੀਜ਼, ਇਹ ਤਾਂ 2-3 ਦਿਨਾਂ ਦੇ ਅੰਦਰ ਅਸੀਂ ਸੋਚਿਆ ਕਿ ਅਸੀਂ ਇਹਨਾਂ ਨੂੰ 1 ਦਿਨ ਚੇਤਾਵਨੀ ਦਈਏ ਔਰ ਅਸੀਂ ਆਸ ਰੱਖਦੇ ਹਾਂ ਕਿ ਅਗਲੇ ਮਹੀਨੇ 1.5 ਮਹੀਨੇ ਦੇ ਅੰਦਰ ਇਹ 1000 ਰੁਪਇਆ ਸ਼ੁਰੂ ਹੋ ਜਾਵੇ। ਮੈਡਮ ਇੱਕ ਗੱਲ, ਮੋਦੀ ਸਾਹਿਬ ਆਏ ਸੀ ਤੇ ਭਗਵੰਤ ਮਾਨ ਦਾ ਕਹਿਣਾ ਵੀ ਕਾਂਗਰਸ ਦੀ ਸਰਕਾਰ ਸਮੇਂ ਸੁਰੱਖਿਆ ਪ੍ਰੋਪਰ ਨਹੀਂ ਸੀ ਤਾਂ ਵਾਪਸ ਜਾਣਾ ਪੈ ਗਿਆ ਮੋਦੀ ਸਾਹਿਬ ਨੂੰ? ਮਹਿਲਾਵਾਂ ਨੂੰ ਸਮਰਪਿਤ ਹੈ, ਕੋਈ ਨਹੀਂ ਜੀ, ਕੋਈ ਕੁਐਸਚਨ ਤਾਂ ਹੈਗਾ ਜੀ? ਚਲੋ ਕੋਈ ਗੱਲ ਨਹੀਂ ਜੀ, ਤੁਸੀਂ ਅੱਜ ਦੇ ਦਿਨ ਦਾ ਕਰੋ, ਤੁਹਾਨੂੰ ਇਹਦੇ ਬਾਅਦ ਮੈਂ ਪੂਰੀ ਪ੍ਰੈਸ ਕਾਨਫਰੰਸ ਕਰ ਲੂੰਗੀ, ਪਰ ਅੱਜ ਇੱਕ ਇੱਕ ਕੰਮ ਕਰਨਾ ਤੁਸੀਂ। ਸਾਡੇ ਜਿਹੜੇ ਮਹਿਲਾਵਾਂ ਇਕੱਠੀਆਂ ਹੋਈਆਂ ਨੇ, ਜੋ ਇਹਨਾਂ ਦੀਆਂ ਆਸ਼ਾਵਾਂ ਨੇ, ਉਹਨਾਂ ਨੂੰ ਆਪਣੇ ਪ੍ਰੈਸ ਦੇ ਰਾਹੀਂ ਜ਼ਰੂਰ ਮਿਲਿਆ ਤੁਹਾਨੂੰ ਲੈਣ ਕਰ ਲੈ। ਇਹ ਤਾਂ ਦੇਖੋ ਇੰਨੀਆਂ ਅਸੀਂ ਮਹਿਲਾਵਾਂ ਇੱਥੇ ਇਕੱਠੀਆਂ ਹੋਈਆਂ ਇਸੇ ਰੋਸ ਕਰਕੇ ਹੋਈਆਂ। ਪਹਿਲਾਂ ਤਾਂ ਉਹਨਾਂ ਨੇ ਵਾਅਦਾ ਕੀਤਾ ਘਰ ਘਰ ਜਾ ਕੇ ਫਾਰਮ ਭਰਾਏ ਔਰ ਆਪਣੇ ਸਾਡੀ ਮਹਿਲਾਵਾਂ ਦੇ ਭਾਵਨਾਵਾਂ ਨਾਲ ਖਿਲਵਾੜ ਕੀਤਾ, ਜਿਨ੍ਹਾਂ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੇਖਦੇ ਹੋਏ ਉਹਨਾਂ ਦੀਆਂ ਗੱਲਾਂ 'ਚ ਆਏ। ਉਸ ਤੋਂ ਬਾਅਦ ਫਾਰਮ ਭਰ ਕੇ ਅੱਜ ਵੀ ਕਈ ਮਹਿਲਾਵਾਂ ਦੇ ਫਾਰਮ ਘਰੇ ਹੀ ਪਏ ਹੈ, ਲੈਣ ਕੋਈ ਨਹੀਂ ਆਇਆ। ਅਤੇ ਉਸ ਤੋਂ ਬਾਅਦ ਜਦੋਂ ਸਰਕਾਰ ਆਈ ਹੈ
जो सरकार आई है उस तो बाद उन्होंने कहा जिदा ही लागू हो गए थोड़े खाते के पैसे आने तो कोई शर्त नहीं होगी। हूँ तुम देख लो आप इन्ने महीने हो गए, क्या उन्होंने पहला नहीं पता कि खजाना खाली है? क्या उन्होंने पहला नहीं पता साढ़े पंजाब की स्थिति है? झूठे वादे करके उन्होंने इस सरकार लिया के खातर इन्होंने सारिया भोलियां भालिया महिलावान साढ़े पिंड बसदियाँ जेडे सूरमे जमदी है उन्होंने अज सड़क से लिया सिर्फ एक अपने हक हाँ जी बिल्कुल करा गे अभी। हालांकि इस तू तो पहला विधान सभा स्पीकर कुलतार संधवा का इस संबंध में बयान सामने आया सी। उन्होंने कहा कि सरकार का खजाना खाली है, पहला खजाना भरया जाएगा फिर औरतों हजार रुपए महीना मिलने। उन्होंने कहा कि पिछलिया सरकार ने पंजाब का खजाना खाली कर दिता है। दस दईए कि आम आदमी पार्टी ने पंजाब विधानसभा चोणों तो पहला आप की सरकार बनते औरतों एक हजार रुपए महीना देने की गरंटी दी थी। 18 साल तो वध उम्र दियां महिलावां यह गरंटी देने का ऐलान किया गया सी। हुण इस मामले में विरोधी पार्टियां सरकार को घेर रही ने। पटियाला तो कमल दुआ की रिपोर्ट, D5 चैनल पंजाबी। होएगी किसानां दी गल, नवी खेती मशीना बीजां ते बागां दी गल लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। हुणे सबसक्राइब करो, बैल आइकन ते क्लिक करो।